ਬਾਈ ਇੱਥੇ ਬੈਠੇ ਸੀ ਟੇਬਲ 'ਤੇ ਜੀ, ਫੈਰਾਂ ਦੀ ਆਵਾਜ਼ ਆਈ ਬਾਈ ਦੀ, ਬਾਈ ਨੇ ਸਾਨੂੰ ਆਵਾਜ਼ ਦਿੱਤੀ ਭੱਜ ਕੇ ਬਾਹਰ ਆ ਜਾਓ, ਫੈਰ ਵੱਜ ਕੇ। ਅਸੀਂ ਜਦੋਂ ਭੱਜ ਕੇ ਬਾਹਰ ਆਏ ਤਾਂ ਜਦੋਂ ਅਸੀਂ ਦੇਖਿਆ ਜੀ ਉਹ ਬੰਦੇ, ਅਸੀਂ ਗੇਟ 'ਚ ਜਾ ਵੜੇ, ਦੋ ਬੰਦੇ ਮੋਟਰਸਾਈਕਲ 'ਤੇ ਬੈਠੇ ਸੀਗੇ। ਜਦੋਂ ਅਸੀਂ ਭੱਜ ਕੇ ਉਹਨਾਂ ਦੇ ਮੰਗਰ ਗਏ, ਉਹਨਾਂ ਨੇ ਫਿਰ ਫੈਰ ਸਾਨੂੰ ਸਿੱਧੇ ਕਰ ਲਏ। ਮੈਂ ਕਿਹਾ ਬਾਈ ਗੋਲੀ ਮਾਰਨਗੇ ਅਤੇ ਭੱਜ ਕੇ ਅੰਦਰ ਵੜ ਜਾ। ਜਦੋਂ ਅੰਦਰ ਬਾਈ ਅੰਦਰ ਵੜ ਗਿਆ ਅਤੇ ਜਦੋਂ ਅਸੀਂ ਫਿਰ ਬਾਹਰ ਆਏ ਉਦੋਂ ਉਹ ਭੱਜ ਗਏ ਮੋਟਰਸਾਈਕਲ ਲੈ ਕੇ। ਹਾਂਜੀ ਹਾਂਜੀ, ਵੱਜ ਚੁੱਕਿਆ ਸੀ, ਇੱਥੇ ਫੈਰ ਲੱਗਿਆ ਸੀਗਾ, ਸਾਨੂੰ ਪਤਾ ਨਹੀਂ ਸੀਗਾ, ਉਵੇਂ ਸਾਡੇ ਨਾਲ ਬਾਹਰ ਗਏ ਜੀ ਭੱਜ ਕੇ। ਨਾਮ ਕੀ ਸੀ ਬਾਈ ਦਾ, ਕਿੰਨੀ ਉਮਰ ਸੀਗੀ? 35 ਸਾਲ ਉਮਰ ਸੀਗੀ, ਚਮਕੌਰ ਸਿੰਘ ਨਾਮ ਸੀਗਾ ਜੀ। ਦੁਸ਼ਮਣੀ ਸਰ ਗੌਰਵ ਆਇਆ ਸੀ, ਧਮਕੀਆਂ ਦੇ ਕੇ ਕਿਹਾ ਸੀ ਵੀ ਦਾਰੂ ਬੰਦ ਕਰ ਦਿਓ, ਨਹੀਂ ਤਾਂ ਬੰਦ ਕਰਾ ਲਾਂਗੇ, ਸਾਨੂੰ ਵੱਲ ਆਉਂਦਾ। ਹਾਂਜੀ ਗੌਰਵ ਠੇਕੇਦਾਰ ਹੈ ਜੀ। ਹਾਂਜੀ ਹਾਂਜੀ, 8-9 ਜਣੇ ਆਏ ਸੀ ਦੁਪਹਿਰੇ, ਉਹ ਸ਼ਾਮ ਨੂੰ 3:30 ਵਜੇ ਫੋਨ ਵੀ ਆਇਆ ਸੀ ਉਹਨਾਂ ਦਾ ਵੀ ਤੁਸੀਂ ਦੱਸੋ ਕਿਵੇਂ ਕਰਾਉਣੀ ਹੈ, ਕਿਵੇਂ ਕਰਾਉਣੀ ਹੈ। ਬਾਈ ਕਹਿੰਦਾ ਵੀ ਮੈਂ ਨਹੀਂ ਕਰਨਾ, ਅਸੀਂ ਆਪਦਾ ਕੰਮ ਕਰਨਾ। ਉਹ 1,00,000 ਰੁਪਇਆ ਦਿੰਦੇ ਸੀ ਮਹੀਨੇ ਦਾ, ਇਹ ਕਹਿੰਦਾ ਮੈਂ ਨਹੀਂ ਲੈਣਾ ਗਾ। ਉਹ ਕਹਿੰਦਾ ਸਾਡੀ ਵੇਚ ਇੱਥੇ ਬ੍ਰਾਂਚ ਖੋਲ ਲਾ। ਨਾਮ ਕੀ ਸੀ ਠੇਕੇਦਾਰ ਦਾ ਜਿਹੜਾ? ਗੌਰਵ ਜੀ। ਗੋਨੀਆ ਰੋਡ ਦੇ ਸਾਰੇ ਮਲੋਟ ਉਹਨਾਂ ਕੋਲ ਜੀ, ਮਲੋਟ ਗਿੱਦੜਵਾਹਾ ਉਹਨਾਂ ਕੋਲ, ਮੁਕਤਸਰ ਦੀ ਅੱਧੇ ਜ਼ਿਲ੍ਹੇ ਦੀ ਯੂਨਿਟ ਉਹਨਾਂ ਕੋਲ ਆ ਜੀ। ਹੁਣ ਘਟਨਾ ਜਿਹੜੀ ਆ ਜੀ, ਸਾਡੇ ਭਰਾ ਦੇ ਇੱਥੇ ਫੈਰ ਮਾਰ ਕੇ ਗਏ ਜੀ ਮੁੰਡੇ। ਉਸ ਟਾਈਮ ਅਸੀਂ ਬਾਹਰ ਖੜ੍ਹੇ ਸੀਗੇ, ਪਹਿਲਾਂ ਸਾਡੇ ਕੋਲ ਖੜ੍ਹਾ ਸੀਗਾ ਬਾਈ, ਅਤੇ ਬਾਈ ਕਹਿੰਦਾ ਵਾਹਵਾ ਟਾਈਮ ਜਿਹਾ ਹੋ ਜਾਂਦਾ ਸੀਗਾ ਰੋਟੀ ਪਾਣੀ ਖਾਣ ਦਾ, ਅਤੇ ਇੱਕ ਮੁੰਡਾ ਆਇਆ ਜੀ ਮੱਟਾ। ਬਾਈ ਉਹਨੂੰ ਕਹਿੰਦਾ ਵੀ ਚੱਲ ਤੂੰ ਇਹਨੂੰ ਵੀ ਲੈ ਜਾ ਨਾਲ ਹੀ, ਮੇਜਰ ਨੂੰ। ਪਹਿਲਾਂ ਮੈਂ ਇੱਥੇ ਬੈਠਾ ਹੋਇਆ ਸੀਗਾ, ਸਾਰੇ ਅਸੀਂ ਬੈਠੇ ਹੁੰਦੇ ਸੀ 5-4 ਜਣੇ, ਅਤੇ ਬਾਈ ਜੀ ਕਹਿੰਦੇ ਵੀ ਤੂੰ ਵੀ ਜਾ ਮੇਜਰ, ਚੱਲ ਘਰੇ, ਮਾਤਾ ਡਿੱਗ ਦਿਓਗੀ ਤੇਰੀ, ਅਤੇ ਮੈਂ ਆਪਦੇ ਘਰੇ ਜਾ ਵੜਿਆ ਜੀ। ਉਸ ਤੋਂ ਕੁਛ ਕੀ 20-25 ਮਿੰਟ ਬਾਅਦ ਹੀ ਮੈਨੂੰ ਫੋਨ ਆਇਆ ਮੇਰੇ ਯਾਰ ਦੋਸਤ ਦਾ ਵੀ ਐਂ ਕਰਕੇ ਵੀ ਭਾਈ ਦੇ ਫੈਰ ਮਾਰਤੇ। ਉਸ ਤੋਂ ਬਾਅਦ ਅਸੀਂ ਉੱਥੇ ਪਹੁੰਚੇ ਹਾਂ ਹਸਪਤਾਲ ਜੀ, ਉਸ ਤੋਂ ਬਾਅਦ ਟ੍ਰੀਟਮੈਂਟ ਚੱਲਿਆ, ਉਸ ਤੋਂ ਬਾਅਦ ਸਾਡੇ ਬਾਈ ਨੂੰ ਮੇਰੇ 'ਤੇ ਕਰਾਰ ਦੇ ਦਿੱਤਾ ਜੀ। ਸ਼ੱਕ ਸਾਨੂੰ ਇਹ ਤਾਂ ਕੋਈ ਨਹੀਂ, ਦੁਪਹਿਰੇ ਸਾਡੇ ਕੋਲ ਗੌਰਵ ਉਹ ਠੇਕੇਦਾਰ ਆਇਆ ਸੀਗਾ ਜੀ, ਉਹ ਸਾਨੂੰ ਇਹ ਕਹਿ ਰਿਹਾ ਸੀਗਾ ਬਾਈ ਜੀ ਨੂੰ ਵੀ ਤੂੰ ਵੀ ਸਾਡਾ ਕੰਮ ਕਰ। ਬਾਈ ਜੀ ਨੇ ਕਿਹਾ ਵੀ ਮੈਂ ਨਹੀਂ ਕਰਨਾ, ਉਹ ਕਹਿੰਦਾ ਵੇਖ ਲਾ ਕਰ ਲਾਂ, ਨਹੀਂ ਤਾਂ ਕਰਾਉਣਾ ਤਾਂ ਸਾਨੂੰ ਹੀ ਕਰ ਲਾਂਗੇ, ਵੀ ਅਸੀਂ ਵੱਡੇ ਵੱਡੇ ਵੀ ਬਲੈਕੀਆਂ ਨੂੰ ਨੱਥ ਪਾਈ ਆ, ਤੂੰ 1,00,000 ਰੁਪਇਆ ਸਾਡੇ ਤੋਂ ਮਹੀਨਾ ਲੈ ਲਾ, ਤੇਰੇ ਨਾਲ ਤਾਂ ਇੰਨੀ ਔਫਰ ਆ। ਬਾਈ ਕਹਿੰਦਾ ਯਾਰ ਵੀ ਤੂੰ ਜਿਵੇਂ ਮਰਜ਼ੀ ਸਹੀ ਆਪਦਾ ਹੋਏਗਾ, ਵੀ ਮੈਂ ਤੇਰੇ ਨਾਲ ਕੋਈ ਹਿੱਸਾ ਪੱਤੀ ਨਹੀਂ ਪਾਉਣੀ। ਉਹ ਸ਼ਰਾਬ ਦਾ ਠੇਕੇਦਾਰ ਆ ਜੀ, ਉਹਨਾਂ ਕੋਲ ਮਲੋਟ ਸਰਕਲ ਵੀ ਆ, ਗਿੱਦੜਵਾਹ ਸਰਕਲ ਵੀ ਆ, ਅਤੇ ਆਹ ਆਪਣੇ ਮੁਕਤਸਰ 'ਚ ਵੀ ਉਹਨਾਂ ਕੋਲ ਆ, ਰੋਡ ਵੀ ਉਹਨਾਂ ਕੋਲ ਹੀ ਆ ਜੀ।